ਤੁਸੀਂ ਸੁਣ ਰਹੇ ਹੋ ਲੀਓ ਟਾਲ ਸਥਾਈ ਦੀ ਕਹਾਣੀ ਰੱਬ ਕਿੱਥੇ ਵਸਦਾ ਹੈ ਕਿਤਾਬ ਚੰਬੇ ਦੀਆਂ ਕਲੀਆਂ ਅਨੁਵਾਦਕ ਅਭੈ ਸਿੰਘ ਤੇ ਆਵਾਜ਼ ਹੈ ਸਿਮਰਨ ਅਕਸਤੀ ਕਿਸੇ ਸ਼ਹਿਰ ਚ ਸੰਤੂ ਨਾਮ ਦਾ ਇੱਕ ਪੂਰਬੀਆ ਮੋਚੀ ਰਹਿੰਦਾ ਸੀ ਵੱਡੇ ਸ਼ਹਿਰ ਦੇ ਮਕਾਨ ਦੇ ਕਿਰਾਏ ਲਹੂ ਪੀਂਦੇ ਨੇ ਐਸ ਲਈ ਸੰਤੂ ਨੇ ਵੱਡੇ ਮਕਾਨ ਦਾ ਭੋਰਾ ਹੀ ਕਿਰਾਏ ਤੇ ਲਿਆ ਹੋਇਆ ਸੀ ਜਿਹਦੀ ਖਿੜਕੀ ਬਾਜ਼ਾਰ ਦੇ ਵੱਲ ਸੀ ਆਸ ਕਿ ਵਿੰਡਕੀ ਦੇ ਵਿੱਚੋਂ ਸੰਤੂ ਨੂੰ ਆਉਣ ਜਾਣ ਵਾਲਿਆਂ ਦੇ ਪੈਰ ਨਜ਼ਰ ਆਉਂਦੇ ਸੀ ਔਰ ਸੰਤੂ ਲੋਕਾਂ ਨੂੰ ਪੈਰਾਂ ਤੋਂ ਪਛਾਣਦਾ ਸੀ ਉਹਨੂੰ ਇੱਥੇ ਰਹਿੰਦਿਆਂ ਕਈ ਸਾਲ ਬੀਤ ਗਏ ਔਰ ਉਹਦੇ ਬਥੇਰੇ ਲੋਕ ਜਾਣੂ ਹੋ ਗਏ ਬਾਜ਼ਾਰ ਦੇ ਵਿੱਚ ਭਾਵੇਂ ਕੋਈ ਜੁੱਤੀ ਅਜਿਹੀ ਲੰਘਦੀ ਹੋ ਜਿਹਨੂੰ ਸੰਤੂ ਨੇ ਸੀਤਾ ਜਾਂ ਗੰਡਿਆ ਨਾ ਹੋਵੇ ਕੰਮ ਸੁਥਰਾ ਸੀ ਚਮੜਾ ਚੰਗਾ ਤੇ ਪੈਸੀ ਵੀ ਵਾਜਵੀ ਦੇ ਡੋਰ ਪੱਕੀ ਵਰਤਦਾ ਐਸੇ ਲਈ ਲੋਕ ਉਹ ਤੋਂ ਬੜਾ ਕੰਮ ਕਰਵਾਉਂਦੇ ਝੂਠੇ ਲਾਰੇ ਨਹੀਂ ਸੀ ਲਾਉਂਦਾ ਜੇ ਇਹ ਕੰਮ ਸਮੇਂ ਸਰਕਾਰ ਕਰ ਸਕਦਾ ਤਾਂ ਹੀ ਹੱਥ ਪਾਉਂਦਾ ਨਹੀਂ ਤੇ ਪਹਿਲਾਂ ਹੀ ਜਵਾਬ ਦੇ ਦਿੰਦਾ ਚੰਗਾ ਆਦਮੀ ਸੀ ਅਰ ਹੁਣ ਬੁੱਢੇ ਹੋਇਆ ਉਹਨੂੰ ਰੱਬ ਪਾਲੇ ਪਾਸੇ ਦਾ ਫਿਕਰ ਲੱਗਾ ਹੋਇਆ ਸੀ ਜਦੋਂ ਜਵਾਨ ਸੀ ਤਾਂ ਇੱਕ ਦੁਕਾਨਦਾਰ ਦੀ ਨੌਕਰੀ ਕਰਦਾ ਸੀ ਤੇ ਉਹਦੀ ਵਾਟੀ ਮਰ ਗਈ ਤਿੰਨਾ ਵਰਿਆਂ ਦਾ ਮੁੰਡਾ ਛੋੜ ਗਈ ਸੰਤੂ ਦਾ ਖਿਆਲ ਇਸ ਮੁੰਡੇ ਨੂੰ ਆਪਣੀ ਭੈਣ ਪਾਸ ਭੇਜਣ ਦਾ ਹੋਇਆ ਪਰ ਫੇਰ ਇਹਦੇ ਮਨ ਨੇ ਪਤਾ ਨਹੀਂ ਕੀ ਆਖਿਆ ਮਾਲਕ ਦੀ ਨੌਕਰੀ ਛੱਡ ਕੇ ਸੰਤੂ ਇਸ ਭੋਰੇ ਵਿੱਚ ਆਪਣੀ ਦੁਕਾਨ ਪਾ ਕੇ ਬੈਠ ਗਿਆ ਔਰ ਮੁੰਡੇ ਨੂੰ ਆਪਣੇ ਕੋਲ ਰੱਖ ਕੇ ਪਾਲਦਾ ਰਿਹਾ ਰੱਬ ਡਾਡੇ ਦੀਆਂ ਖੇਡਾਂ ਤੇ ਵੇਖੋ ਮੁੰਡਾ ਜਦ 16 ਵਰਿਆਂ ਦਾ ਗੱਭਰੂ ਹੋਇਆ ਤਾਂ ਪਿਓ ਨੂੰ ਕੁਝ ਖੱਟ ਕੇ ਖੁਆਉਣ ਜੋਗਾ ਬਣਿਆ ਤਾਂ ਸੱਤ ਦਿਨ ਮੋਹਰ ਕੇ ਇਹਦੇ ਤਾਪ ਪਿੱਛੋਂ ਆਪ ਮਰ ਗਿਆ ਤੇ ਸੰਤੂ ਰਹਿ ਗਿਆ ਫੇਰ ਹੀ ਕੱਲੇ ਦਾ ਇਕੱਲਾ ਆਪਣੇ ਪੁੱਤਰ ਦਾ ਸੰਸਕਾਰ ਅਰਕੇ ਰਿਆ ਕਰਮ ਕਰਕੇ ਸੰਤੂ ਨੂੰ ਦੁਨੀਆ ਹਨੇਰ ਅਰ ਰੱਬ ਆਪਣਾ ਵੈਰੀ ਦਿਸੇ ਕਈ ਵੇਰੋ ਨੇ ਪ੍ਰਾਰਥਨਾ ਕੀਤੀ ਰੱਬਾ ਹੁਣ ਮੈਨੂੰ ਵੀ ਸਦ ਲੈ ਮੇਰਾ ਮੁੰਡਾ ਲੈ ਲਈ ਮੈਨੂੰ ਕਾਨੂੰ ਛੱਡਿਆ ਏ ਮੈਨੂੰ ਬੁੱਢੇ ਨੂੰ ਮੌਤ ਕਿਉਂ ਨਹੀਂ ਆਉਂਦੀ ਇਸ ਪ੍ਰਕਾਰ ਲੱਕ ਤੇ ਦਿਲ ਟੁੱਟਿਆ ਉਹਨੇ ਮੰਦਰ ਜਾਣਾ ਵੀ ਛੱਡ ਦਿੱਤਾ ਇੱਕ ਦਿਨ ਸੰਤੂ ਦੇ ਪਿੰਡ ਦਾ ਇੱਕ ਭਲਾ ਪੁਰਸ਼ तीर्थ यात्रा ਤੋਂ ਮੁੜਿਆ ਹੋਇਆ ਰਾਜ ਸੰਤੂ ਦੇ ਪਾਸਾ ਠਹਿਰਿਆ ਸੰਤੂ ਨੇ ਆਪਣੇ ਦਿਲ ਦਾ ਹਾਲ ਉਹਨੂੰ ਖੋਲ ਸੁਣਾਇਆ ਤੇ ਆਖਣ ਲੱਗਾ ਮਹਾਤਮਾ ਜੀ ਮੈਨੂੰ ਜੀਵਨ ਦੀ ਹੁਣ ਕੋਈ ਅਛਿਆ ਨਹੀਂ ਮੈਂ ਤੇ ਹਰ ਕੜੀ ਰੱਬ ਦੇ ਪਾਸੋਂ ਮੌਤ ਮੰਗਦਾ ਹਾਂ ਮੇਰਾ ਹੁਣ ਕੌਣ ਸਹਾਰਾ ਹੈ ਬੁੱਢੇ ਮਹਾਤਮਾ ਨੇ ਆਖਿਆ ਸੰਤੂ ਇਉਂ ਨਹੀਂ ਆਖੀਦਾ ਸਾਨੂੰ ਰੱਬ ਦੇ ਕੰਮਾਂ ਦਾ ਕੀ ਪਤਾ ਸਾਰਾ ਕਾਰਖਾਨਾ ਸਾਡੀ ਅਕਲ ਨਾਲ ਨਹੀਂ ਰੱਬ ਦੀ ਮਨਸ਼ਾ ਨਾਲ ਚੱਲ ਰਿਹਾ ਹੈ ਜੇ ਕਰਤਾਰ ਨੂੰ ਇਹੀ ਪਾਉਂਦਾ ਸੀ ਕਿ ਤੇਰਾ ਮੁੰਡਾ ਜੰਮੇ ਔਰ 16 ਸਾਲ ਪਿੱਛੋਂ ਮਰ ਜਾਏ ਤਾਂ ਇਹੋ ਚੰਗੀ ਗੱਲ ਹੈ ਜਿਹੜਾ ਤੂੰ ਨਿਰਾਸ਼ ਹੋਇਆ ਉਹਦਾ ਇਹ ਕਾਰਨ ਹੈ ਕਿ ਨਿਰੋਲ ਆਪਣੇ ਵਾਸਤੇ ਜੀਵਨ ਦੀ ਛਾਹ ਰੱਖਦਾ ਹੈ ਤੂੰ ਸੰਤੂ ਨੇ ਪੁੱਛਿਆ ਹੋਰ ਕਾਹਦੇ ਵਾਸਤੇ ਜੀਵਾਂ ਮੈਂ ਰੱਬ ਦੇ ਵਾਸਤੇ ਜਿਉਣਾ ਉਨੇ ਤੈਨੂੰ ਜਾਨ ਦਿੱਤੀ ਐ ਤੂੰ ਉਹਦੇ ਵਾਸਤੇ ਜੀ ਜਦ ਤੂੰ ਉਹਦੀ ਰਜ਼ਾ ਚ ਰਹਿਣਾ ਆਰੰਭ ਕਰੇਂਗਾ ਨਾ ਦੁੱਖ ਆਟ ਜਾਏਗਾ ਤੈਨੂੰ ਹੁਣੇ ਹੀ ਸੁੱਖ ਪਾਸੇਗਾ ਸੰਤੂ ਕੋਚਰ ਚੋਪਰਿਆ ਤੇ ਪੁੱਛਣ ਲੱਗਾ ਰੱਬ ਦੀ ਰਜ਼ਾ ਚ ਕਿਦਾਂ ਜੀਵੀਏ ਮਹਾਤਮਾ ਬੋਲੇ ਇਹ ਗੱਲਾਂ ਸੰਤਾ ਮਹਾਤਮਾ ਦੀਆਂ ਨੇ ਜੇ ਤੂੰ ਗੁਰਮੁਖੀ ਪੜ ਸਕਦਾ ਹੈ ਤੇ ਜਾ ਕੇ ਸੁਖਮਨੀ ਸਾਹਿਬ ਦਾ ਗੁਟਕਾ ਲੈ ਆ ਉਥੋਂ ਤੈਨੂੰ ਪਤਾ ਲੱਗ ਜਾਏਗਾ ਰਜ਼ਾ ਹੈ ਕਿ ਮਹਾਤਮਾ ਦੇ ਬਚਨ ਸੰਤੂ ਦੇ ਹਿਰਦੇ 'ਚ ਖੁੱਭ ਗਏ ਅਰੋਨੇ ਉਸ ਦਿਨ ਬਾਜ਼ਾਰੋਂ ਮੋٹے ਟਾਈਪ ਦਾ ਗੁਟਕਾ ਲਿਆ ਕੇ ਪਾਠ ਸ਼ੁਰੂ ਕਰ ਦਿੱਤਾ ਇਹ ਪਾਠ ਉਹ ਹਰ ਰੋਜ਼ ਨੇਮ ਨਾਲ ਕਰਦਾ ਸੀ ਅਰ ਪਾਠ ਕੀਤੇ ਉਹਨੂੰ ਧੀਰਜ ਆਉਂਦਾ ਸੀ ਕਿਸੇ ਕਿਸੇ ਰਾਤ ਉਹਦੇ ਦੀਵੇ 'ਚ ਤੇਲ ਮੁੱਕ ਜਾਏ ਪਰ ਉਹਦਾ ਗੁਟਕਾ ਸਾਹਿਬ ਛੱਡਣ ਨੂੰ ਜੀ ਨਾ ਕਰੇ ਜਿਉਂ-ਜਿਉਂ ਪੜਦਾ ਗਿਆ ਉਹਨੂੰ ਪਤਾ ਲੱਗਾ ਕਿ ਰੱਬ ਉਹ ਤੋਂ ਕੀ ਮੰਗਦਾ ਤੇ ਰੱਬ ਦੀ ਰਜ਼ਾ ਛਿੰਜ ਰਹੀਦਾ ਉਹਦਾ ਮਨ ਫੁੱਲਾਂ ਦੇ ਵਾਂਗ ਹੌਲਾ ਹੁੰਦਾ ਗਿਆ ਐਸ ਤੋਂ ਪਹਿਲਾਂ ਸੌਣ ਲੱਗਿਆਂ ਉਹਦਾ ਮਨ ਉਦਾਸੀ ਤੇ ਚਿੰਤਾ 'ਚ ਭਰਿਆ ਹੁੰਦਾ ਸੀ ਤੇ ਆਪਣੇ ਮੁੰਡੇ ਨੂੰ ਯਾਦ ਕਰਕੇ ਉਹ ਰੱਬ ਨੂੰ ਗਾਲਾਂ ਕੱਢਦਾ ਹੁੰਦਾ ਸੀ ਤੇ ਹੁਣ ਹੁਣ ਸੌਣ ਲੱਗਿਆਂ ਸੰਤੂ ਆਖਦਾ ਸੀ ਜਾਕ ਆਈ ਸੋਈ ਬਿਹਾਜੋ ਹਰ ਗੁਰਤੇ ਮਨੇ ਬਸੇਰਾ ਨਿੱਜ ਘਰ ਮਹਿਲ ਪਾਵੋ ਸੁਖ ਸਹਜੇ ਬਹਰ ਨ ਹੋਏ ਕੋ ਫੇਰਾ ਹੁਣ ਤੋਂ ਸੰਤੂ ਦਾ ਜੀਵਨ ਬਦਲ ਗਿਆ ਅੱਗੇ ਉਹ ਉਦਾਸੀ ਨੂੰ ਦੂਰ ਕਰਨ ਲਈ ਕਦੇ-ਕਦੇ ਦੋ ਕੁੱਟਾ ਪੀ ਲੈਂਦਾ ਸੀ ਨਸ਼ਾ ਭਾਵੇਂ ਚੜੇ ਨਾ ਚੜੇ ਪਰ ਲੋਕਾਂ ਨੂੰ ਮਖੌਲ ਕਰਨ ਲੱਗਦਾ ਸੀ ਕਿਸੇ-ਕਿਸੇ ਨੂੰ ਗਾਲਾਂ ਵੀ ਕੱਢ ਬਹਿੰਦਾ ਹੁਣ ਇਹ ਸਭ ਛੁੱਟ ਗਿਆ ਜੀਵਨ ਆਧਾਰ 'ਚ ਸ਼ਾਂਤੀ ਆ ਗਈ ਸਵੇਰ ਤੋਂ ਤਰਕਾਲਾਂ 'ਤੇ ਕਰ ਕੰਮ ਕਰਦਾ ਤੇ ਕੰਮ ਮੁਕਾ ਕੇ ਦੀਵੇ ਨੂੰ ਦੀਵਕੀ ਤੋਂ ਲਾ ਕੇ ਛੋਟੇ ਸਟੂਲ ਤੇ ਧਰਦਾ ਤੇ ਦਰੀ 'ਚੋਂ ਗੁਟਕਾ ਸਾਹਿਬ ਕੱਢ ਕੇ ਪਾਠ ਕਰਦਾ ਉਹਨੂੰ ਵਧੀਰੇ ਸਮਝ ਆਉਣ ਲੱਗ ਪਈ ਸੀ ਇੱਕ ਰਾਤ ਪਾਠ ਕਰਦਿਆਂ ਸੰਤੂ ਇਹਨਾਂ ਤੁਕਾਂ 'ਤੇ ਹਟਕ ਗਿਆ ਤੇ ਹੌਲੀ-ਹੌਲੀ ਪੜਨ ਲੱਗਾ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋਰੀ ਬੰਦਨਾ ਪਰੈ ਹਰ ਕਾ ਨਾਮ ਜਪਤ ਨਿਸਤਰ ਹੈ ਅਨੇਕ ਮਾਇਆ ਰੰਗ ਤਿਖ ਨੁ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ ਜੇ ਮਾਰਗੇ ਜਾਤ ਅਕੇਲਾ ਤਹਿਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਤੇ ਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਐਸੇ ਸ਼ਬਦ ਨੂੰ ਮੁਰਮੁਰ ਪੜ ਕੇ ਉਹਦੇ ਮਨ ਨੂੰ ਧੀਰੇ ਜਾਈ ਜਾਵੇ ਦੁੱਖ ਕੀ ਚੀਜ਼ ਐ ਬੰਦਨ ਕਾਦੇ ਨੇ ਕ੍ਰਿਸ਼ਨਾ ਕਿਸ ਗੱਲ ਦੀ ਐ ਤੇ ਇਹਨਾਂ ਦੁੱਖਾਂ ਵੇਦਨਾਵਾਂ ਦਾ ਇਲਾਜ ਕੀ ਐ ਇਹਦਾ ਉਸ ਨੂੰ ਨਾਮ ਇੱਕੋ ਜਵਾਬ ਮਿਲਿਆ ਫਿਰ ਉਹ ਅਗਾਹ ਪਾਠ ਕਰਨ ਲੱਗਾ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਵੇਖ ਕਰੇ ਇੱਕ ਰੰਗ ਨਾਨਾ ਬਿਦਕੀ ਨੂੰ ਵਿਸਥਾਰ ਪ੍ਰਭ ਅਬ ਨਾਸੀ ਇੱਕ ਕੰਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰ ਰਹਿਓ ਪੂਰਨ ਸਭ ਠਾਈ ਨਾ ਨਾ ਬਿਦਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਕਰਤਿਸ ਕੇ ਸਭ ਤਿਸ ਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ ਐਥੇ ਪਹੁੰਚ ਕੇ ਉਹਨੂੰ ਖਿਆਲ ਆਇਆ ਜੇ ਰੱਬ ਸਾਰੇ ਘਟਾਂ ਦੇ ਵਿੱਚ ਵਸਦਾ ਹੈ ਸਾਰੇ ਉਹਦੇ ਹੀ ਨਾਉ ਨੇ ਤਾਂ ਮੈਨੂੰ ਦਿਸਦਾ ਕਿਉਂ ਨਹੀਂ ਕੀ ਮੈਨੂੰ ਕਦੇ ਰੱਬ ਦੇ ਦਰਸ਼ਨ ਹੋਣਗੇ ਮੈਨੂੰ ਵੀ ਕਦੇ ਚਲ ਘਾਰਾ ਬੱਜੇਗਾ ਇਹ ਸੋਚਦੇ ਉਹਨੂੰ ਨੀਂਦ ਆ ਗਈ ਦੀਵਾ ਜਾਗਦਾ ਰਿਹਾ ਤੇ ਸੰਤੂ ਉੰਗਦਾ ਰਿਹਾ ਅਚਾਨਕ ਉਹਦੇ ਕੰਨਾਂ 'ਚ ਆਵਾਜ਼ ਪਈ ਆਵਾਜ਼ ਐਸੀ ਜਿਵੇਂ ਕੋਈ ਕੰਨ ਦੇ ਪਾਸ ਬੋਲ ਰਿਹਾ ਹੋਵੇ ਤਰਬਕ ਕਿ ਉਹ ਜਾਗਿਆ ਤੇ ਆਖਿਆ ਕੌਣ ਐ ਉਹਨੇ ਚਾਰੇ ਪਾਸੇ ਵੇਖਿਆ ਦਰਵਾਜ਼ੇ 'ਤੇ ਬਲ ਦੇਖਿਆ ਪਰ ਕੋਈ ਨਹੀਂ ਸੀ ਕੌਣ ਐ ਉਹਨੇ ਫੇਰ ਪੁੱਛਿਆ ਬਰੀਕ ਆਵਾਜ਼ ਉਹਦੇ ਕੰਨਾਂ 'ਚ ਪਈ ਸੰਤੂ ਕੱਲ ਮੈਂ ਤੇਰੀ ਗਲੀ ਆਵਾਂਗਾ ਮੈਨੂੰ ਵੇਖਣਾ ਹੀ ਤਾਂ ਉਡੀਕੀ ਸੰਤੂ ਨੇ ਚਕੰਨੇ ਹੋ ਕੇ ਅੰਗੜਾਈ ਲਈ ਫਰਸ਼ ਤੋਂ ਉੱਠਿਆ ਤੇ ਅੱਖਾਂ ਨੂੰ ਮਲਿਆ ਪਰ ਪਤਾ ਨਾ ਲੱਗੇ ਜੋ ਸੁਪਨਾ ਸੀ ਜਾਂ ਸੱਚਮੁੱਚ ਦੀ ਆਵਾਜ਼ ਸੀ ਦੀਵਾ ਬੁਝਾ ਕੇ ਉਹ ਫੇਰ लेट ਗਿਆ ਤੇ ਸੌਂ ਗਿਆ ਦੂਜੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਕੇ ਉਹਨੇ ਇਸ਼ਨਾਨ ਪਾਣੀ ਕੀਤਾ ਔਰ ਆਪਣੇ ਕੰਮ ਤੇ ਆ ਬੈਠਾ ਰਾਤ ਵਾਲੀ ਗੱਲ ਉਹਨੂੰ ਯਾਦ ਸੀ ਕਦੇ ਉਹ ਇਹਨੂੰ ਸੁਪਨਾ ਸਮਝੇ ਤੇ ਕਦੇ ਆਖੇ ਆਵਾਜ਼ ਸੱਚੀ ਸੀ ਅਰ ਮੈਂ ਹੋਸ਼ ਹਵਾਸ ਚ ਆਪਣੇ ਕੰਨ ਹੀ ਸੁਣੀ ਤੇ ਹੋਰ ਲੋਕ ਆਕਾਸ਼ ਬਾਣੀ ਸੁਣਦੇ ਰਹੇ ਨੇ ਤਾਂ ਕੀ ਪਤਾ ਮੈਨੂੰ ਵੀ ਆਕਾਸ਼ ਬਾਣੀ ਸੁਣੀ ਹੋਵੇ ਇਹ ਸੋਚ ਕੇ ਉਹ ਬਾਰੀ ਦੇ ਪਾਸ ਹੀ ਬੈਠ ਗਿਆ ਉੱਥੇ ਯਾਰ ਤਾਗਾ ਅਰ ਅਦ ਸਿਤੀਆਂ ਜੁੱਤੀਆਂ ਉਫੜ ਕੇ ਕੰਮ ਚ ਜੁੱਟ ਗਿਆ ਅਰ ਜਦ ਖੜਾਕ ਸੁਨੇ ਬੈਠਾ ਬੈਠਾ ਬਾਰੀ ਚ ਦੇਖ ਲਵੇ ਜੇ ਕੋਈ ਉਪਰੀ ਜੁੱਤੀ ਹੋਵੇ ਤਾਂ ਸਿਰ ਚੁੱਕ ਕੇ ਤਾਂ ਵੇਖੇ ਪਹਿਲਾ ਇੱਕ ਮਾਸਕੀ ਲੰਗਿਆ ਫਿਰ ਕਸਾਈਆਂ ਦਾ ਮੁੰਡਾ ਦੌੜਦਾ ਗਿਆ ਐਦੇ ਪਿੱਛੋਂ ਇੱਕ ਬੁੱਢਾ ਮਹਿੰਤਰ ਪੁਰਾਣੇ ਫੌਜੀ ਬੂਟ ਪਾ ਕੇ ਹੌਲੀ-ਹੌਲੀ ਆਇਆ ਇਹਦਾ ਨਾਮ ਸੀ ਬਿਸ਼ਨਾ ਇਹਨੇ ਅਫਰੀਕਾ ਵਾਲੀ ਬੋਇਰਾਂ ਦੀ ਲੜਾਈ 'ਚ ਹਿੱਸਾ ਲਿਆ ਹੋਇਆ ਸੀ ਪਰ ਹੁਣ ਬੜਾ ਬੁੱਢਾ ਹੋਣ ਦੇ ਕਰਕੇ ਪੈਨਸ਼ਨ ਤੇ ਸੀ ਪੈਨਸ਼ਨ ਕੇਵਲ 3 ਰੁਪਏ ਮਹੀਨਾ ਸੀ ਸੋ ਗਲੀਆਂ ਸਾਫ਼ ਕਰਕੇ ਉਹ ਕੁਝ ਹੋਰ ਰੁਪਏ ਬਣਾ ਲੈਂਦਾ ਸੀ ਐਦਾ ਆਪਣਾ ਗੁਜ਼ਾਰਾ ਸੋਨਾ ਤੋੜ ਲੈਂਦਾ ਸੀ ਅੱਜ ਵੀ ਉਹ ਸਦਾ ਵਾਂਗ ਝਾੜੂ ਫੜ ਕੇ ਹੱਥ 'ਚ ਸਫਾਈ ਕਰਨ ਆਇਆ ਸੰਤੂ ਮੂੰਹ ਚਾਖਣ ਲੱਗਾ ਮੈਂ ਵੀ ਝੱਲਾ ਹੋ ਚੱਲਿਆ ਵਿਸ਼ਨਾ ਮਹਿਤਰ ਝਾੜੂ ਚੁੱਕ ਕੇ ਆਇਆ ਤੇ ਮੈਂ ਉਹਨੂੰ ਰੱਬ ਦੇ ਭੁਲੇਖੇ ਸਿਰ ਚੁੱਕ ਕੇ ਵੇਖਦਾ ਪਿਆ ਹਾਂ ਮੈਂ ਵੀ ਚੰਗਾ ਬੁੱਢਾ ਮੂਰੇ ਖਾਂ ਜੁੱਤੀ ਦੇ ਤੱਲੇ ਨੂੰ ਦੋ ਕੁ ਤੋਪੇ ਲਾ ਕੇ ਉਹਨੇ ਫਿਰ ਵਿਸ਼ਨੇ ਨੂੰ ਵੇਖਿਆ ਬਹੁਤਾ ਮਹੀਨਾ ਸਵੇਰ ਦਾ ਵਕਤ ਕੱਕਰ ਭਵੇ ਤੇ ਹੱਥ ਪੈਰ ਆਕੜਦੇ ਜਾਵਣ ਤੇ ਬਿਸ਼ਨਾ ਵਿਚਾਰਾ ਠੰਡੀ ਹਵਾ ਤੋਂ ਬਚਣ ਲਈ ਇੱਕ ਗੁੱਠ ਚ ਲੁਕਿਆ ਖੜਾ ਸੀ ਬਿਰਦ ਅਵਸਥਾ ਸਰੀਰ ਵਿੱਚ ਅਸੰਗ ਨਹੀਂ ਸੀ ਝਾੜੂ ਕਿਧਾਂ ਫੇਰੇ ਸੰਤੂ ਨੇ ਸੋਚਿਆ ਵਿਚਾਰਾ ਬੜਾ ਵੱਡਾ ਐਨੂੰ ਅੰਦਰ ਬੁਲਾ ਕੇ ਚਾਹ ਕਿਉ ਨਾ ਪਾਵਾਂ ਆਪਣੀ ਯਾਰ ਨੂੰ ਠੋਕ ਕੇ ਸੰਤੂ ਉੱਠਿਆ ਤੇ ਤਾਂਬੀਆਂ ਚੁੱਲ੍ਹੇ ਤੇ ਧਰ ਕੇ ਪਾਣੀ ਉਬਲਣਾ ਧਰ ਦਿੱਤਾ ਫੇਰ ਬਾਰੀ ਚ ਜਾ ਕੇ ਉਹਨੂੰ ਬਿਸ਼ਨੇ ਨੂੰ ਇਸ਼ਾਰਾ ਕੀਤਾ ਆਪ ਬੂਹਾ ਖੋਲਣ ਗਿਆ ਬੂਹਾ ਖੋਲ ਕੇ ਨੇ ਆਖਿਆ ਆਹ ਸੱਜਣਾ ਅੰਦਰ ਆ ਕੇ ਅੱਗ ਸੇਕ ਲੈ ਹੋ ਰੱਬ ਤੇਰਾ ਭਲਾ ਕਰੇ ਮੇਰੀਆਂ ਆ ਤੇ ਹੱਡੀਆਂ ਚ ਪਾਲਾ ਵੜ ਗਿਆ ਇਹ ਆ ਕੇ ਬਿਸ਼ਨਾ ਅੰਦਰ ਆਇਆ ਤੇ ਔਣ ਲੱਗਿਆ ਆਪਣੇ ਪੈਰਾਂ ਤੋਂ ਮਿੱਟੀ ਲਾਉਣ ਲੱਗਿਆ ਸੰਭਲ ਨਾ ਸਕੇ ਤੇ ਡਿੱਗ ਪਿਆ ਸੰਤੂ ਨੇ ਆਖਿਆ ਉਹ ਜਾਣ ਵੀ ਦੇ ਪੈਰ ਨਾ ਸਾਫ਼ ਕਰ ਮੈਂ ਆਪੇ ਸਾਫ਼ ਕਰ ਲਵਾਂਗਾ ਇੱਥੇ ਆ ਕੇ ਬਹਿ ਜਾ ਔਰ ਚਾਹ ਪੀ ਇੱਕ ਗਲਾਸ ਚਾਹ ਦਾ ਪਰ ਕਿਉਂ ਨੇ ਬਿਸ਼ਨਰ ਨੂੰ ਦਿੱਤਾ ਤੇ ਦੂਜੇ ਛੰਨੇ ਚਾਹ ਪੀਣ ਲੱਗਾ ਬਿਸ਼ਨਰ ਨੇ ਛੇਤੀ ਗਲਾਸ ਮੁਕਾ ਲਿਆ ਸੰਤੇ ਨੇ ਇੱਕ ਹੋਰ ਭਰ ਦਿੱਤਾ ਪਰ ਚਾਹ ਪੀਂਦਿਆਂ ਵੀ ਸੰਤੂ ਦੀ ਨਜ਼ਰ ਬਾਜ਼ਾਰ ਵੱਲ ਰਹੀ ਕਿ ਕਿਤੇ ਰੱਬ ਨਾ ਲੰਘ ਜਾਏ ਬਿਸ਼ਨਰ ਨੇ ਪੁੱਛਿਆ ਕੀ ਤੀ ਉਡੀਕ ਹੈ ਸੰਤੂ ਨੇ ਆਖਿਆ ਹੈ ਮੈਂ ਗੱਲ ਤੇ ਕਮਲਿਆਂ ਵਾਲੀ ਹੈ ਪਰ ਰਾਤ ਮੈਂ ਜੋ ਕੁਝ ਸੁਣਿਆ ਉਹ ਮੇਰੇ ਦਿਲ ਚੋਂ ਨਿਕਲਦਾ ਨਹੀਂ ਪਤਾ ਨਹੀਂ ਸੁਪਨਾ ਸੀ ਕਿ ਸੱਚੀ ਗੱਲ ਤੂੰ ਦੱਸ ਤੂੰ ਸੁਖਮਨੀ ਸਾਹਿਬ ਦਾ ਪਾਠ ਕਰਦਾ ਭਲਾ ਬਿਸ਼ਨਾ ਆਖਣ ਲੱਗਾ ਨਹੀਂ ਮੈਂ ਮੂਰਖ ਮਹਤਰ ਮੈਂ ਤੇ ਪਾਪੀ ਆ ਮੈਨੂੰ ਕੀ ਪਤਾ ਪਾਠ ਦਾ ਸੰਤੂ ਆਖਣ ਲੱਗਾ ਮੇਰੀ ਸੁਣ ਮੈਂ ਰਾਤ ਪਾਠ ਕਰਦਾ ਪਿਆ ਸਾਂ ਪਾਠ ਪਿੱਛੋਂ ਕੁਝ ਊਂਗ ਜੀ ਆ ਗਈ ਮੇਰੇ ਕੰਨੀਆਂ ਆਵਾਜ਼ ਪਈ ਸੰਤੂ ਕੱਲ ਮੈਂ ਤੇਰੀ ਗਲੀ ਚਾਵਾਂਗਾ ਮੈਨੂੰ ਵੇਖਣਾ ਹੀ ਤਾਂ ਉਡੀਕੀ ਮੈਂ ਸੋਚਦਾ ਸੀ ਭਾਈ ਸ਼ਾਂਤੀ ਰੱਬ ਦੇ ਨਾਮ ਚੈ ਦਰਸ਼ਨਾ ਬਿਨਾ ਸ਼ਾਂਤੀ ਕਿੱਥੇ ਕੀ ਮੈਂ ਵੀ ਕਦੇ ਦਰਸ਼ਨ ਕਰ ਸਕੂੰਗਾ ਬਿਸ਼ਨੇ ਨੂੰ ਇਸ ਗੱਲ ਦੀ ਸਮਝ ਨਾ ਪਈ ਉਹਨੇ ਗਲਾਸ ਮੁਕਾ ਕੇ ਮੂਹ ਦਾ ਰੱਖ ਦਿੱਤਾ ਪਰ ਸੰਤੂ ਨੇ ਫੇਰ ਭਰ ਦਿੱਤਾ ਓ ਪੀ ਮਿੱਤਰਾ ਪੀ ਕੋਦਰੇ ਦੀ ਰੋਟੀ ਖਾਣ ਵਾਸਤੇ ਗੁਰੂ ਨਾਨਕ ਦੇਵ ਜੀ ਐਮਨਾਬਾਦ ਗਏ ਸੀ ਮਾਈ ਦਾ ਖੱਦਰ ਦਾ ਚੋਲਾ ਪਾਉਣ ਲਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਅਪੜੇ ਗਰੀਬਾਂ ਦੇ ਘਰ ਤਾਂ ਸਾਈਂ ਟਰਕੇ ਆਉਂਦਾ ਜੇ ਇਉਂ ਨਾ ਕਰੇ ਤਾਂ ਗਰੀਬਾਂ ਦੀ ਜਾ ਕਿੱਥੇ ਤੀਰਥ ਯਾਤਰਾ ਪੁੰਨ ਦਾਨ ਮੀਰਾਂ ਦੇ ਕੰਮ ਐ ਭਾਈ ਅਸੀਂ ਤਾਂ ਘਰ ਆਏ ਰੱਬ ਨੂੰ ਸੁੱਕੀ ਰੋਟੀ ਤੇ ਰੁੱਖੀ ਚਾਹ ਹੀ ਦੇ ਸਕਦੇ ਹਾਂ ਪਰ ਸਾਈਂ ਹੋਇਆ ਜੋ ਗਰੀਬਾਂ ਦਾ ਪਾਦਸ਼ਾ ਆਪੇ ਕਦੇ ਆਏਗਾ ਬਿਸ਼ਨੇ ਨੂੰ ਚਾਹ ਭੁੱਲ ਗਈ ਉਹਦੀ ਅੱਖਾਂ ਤੋਂ ਹੰਝੂ ਵਗ ਤੁਰੇ ਤੇ ਗੋਲ ਗੋਲ ਅਥੂ ਅੱਖਾਂ ਤੋਂ ਉਤਰ ਕੇ ਤਲੀਆਂ ਆ ਡਿੱਗੇ ਸੰਤੂ ਨੇ ਆਖਿਆ ਹੋਰ ਚਾਹ ਪੀ ਸੱਜਣਾ ਪਰਬਿਸ਼ਨੇ ਨੇ ਆਪਣੇ ਪਾਟੇ ਹੋਏ ਪਰਨੇ ਨਾਲ ਮੂੰਹ ਪੂੰਝਿਆ ਤੇ ਆਖਣ ਲੱਗਾ ਬਸ ਸਾਈ ਤੈਨੂੰ ਨੇਕੀ ਦਵੇ ਤੂੰ ਮੈਨੂੰ ਚਾਹ ਤੇ ਆਤਮ ਅੰਮ੍ਰਿਤ ਦੋਵੇਂ ਪਿਲਾਈ ਨੇ ਸੰਤੂ ਆਖਣ ਲੱਗਾ ਹਉ ਤਨ ਭਾਗ ਬਿਸ਼ਨੇ ਫੇਰ ਵੀ ਆਵੀ ਮੈਨੂੰ ਤੇਰੇ ਆਇਆ ਖੁਸ਼ੀ ਹੁੰਦੀ ਹੈ ਜ਼ਰੂਰ ਦਰਸ਼ਨ ਦੇ ਜਾਵੀ ਬਿਸ਼ਨਾ ਟੁਰ ਗਿਆ ਸੰਤੂ ਚਾਹ ਮਕਾ ਕੇ ਫੇਰ ਆਪਣੇ ਕੰਮ ਤੇ ਜਾ ਬੈਠਾ ਕੰਮ ਕਰਦਾ ਫੇਰ ਬਾਰੀ ਥਾਣੀ ਬਾਹਰ ਵੇਖੇ ਤੇ ਰੱਬ ਨੂੰ ਉਡੀਕੇ ਦੋ ਸਿਪਾਹੀ ਲੰਗੇ ਤੇ ਫੇਰ ਇੱਕ ਮੋਚੀ ਫੇਰ ਦੋ ਪਟਿਆਰ ਨਾਲ ਲੜਦੀਆਂ ਲੰਗ ਗਈਆਂ ਫੇਰ ਇੱਕ ਪਿੰਡੂ ਜਨਾਨੀ ਪੁਰਾਣੀ ਜੁੱਤੀ ਪਾਈ ਹੋਈ ਤੇ ਫਟਿਆ ਹੋਇਆ ਪਰਨਾ ਸਿਰ ਤੇ ਰੱਖੀ ਆਈ ਸੰਤੂ ਦੀ ਬਾਰੀ ਥੱਲੇ ਹਵਾ ਤੋਂ ਬਚਣ ਲਈ ਖੁੱਲੋ ਗਈ ਸੰਤੂ ਨੇ ਵੇਖਿਆ ਐਸ ਜਨਾਨੀ ਦੇ ਕੁਛੜ ਦੁੱਧ ਪੀਂਦਾ ਬੱਚਾ ਪਾਲੇ ਨਾਲ ਕੰਬਦਾ ਮਾਂ ਉਹਦੇ ਉਦਾਲੇ ਕੱਪੜਾ ਦੇਣ ਦੀ ਕਰਦੀ ਹੈ ਪਰ ਉਹਦੇ ਪਾਸ ਕੱਪੜਾ ਨਹੀਂ ਜੋ ਮੁੰਡੇ ਨੂੰ ਪਾਲੇ ਤੋਂ ਬਚਾਵੇ। ਬਾਰੀ ਵਿੱਚੋਂ ਸੰਤੂ ਨੇ ਮੁੰਡੇ ਦਾ ਰੋਣਾ ਤੇ ਮਾਂ ਦੇ ਮੂੰਹੋਂ "ਨਾ ਮੇਰਾ ਬੱਚਾ" ਦੀ ਆਵਾਜ਼ ਸੁਣੀ। ਉਠਿਆ ਤੇ ਦਰਵਾਜ਼ਾ ਖੋਲ ਕੇ ਆਖਣ ਲੱਗਾ, "ਬੀਬਾ, ਉਹ ਬੀਬਾ। ਉਹ ਬੱਚੇ ਅੰਦਰ ਆ ਜਾ।" ਜਨਾਨੀ ਹੈਰਾਨ ਤਾਂ ਹੋਈ ਕਿ ਐਨਕ ਵਾਲਾ ਬੁੱਢਾ ਜਿਹਾ ਕੌਣ ਹੈ? ਪਰ ਉਹ ਬਾਬਾ ਦੇਖ ਕੇ ਅੰਦਰ ਆ ਗਈ। ਸੰਤੂ ਨੇ ਉਹਨੂੰ ਮੰਜੇ ਤੇ ਬਿਠਾ ਲਿਆ ਤੇ ਅੰਗੀਠੀ ਦੇ ਨੇੜੇ ਕਰ ਦਿੱਤਾ। ਆਖਣ ਲੱਗਾ ਲੈ ਬੀਬੀ ਅੱਗ ਸੇਕ ਤੇ ਮੁੰਡੇ ਨੂੰ ਦੁੱਧ ਪਿਆ ਜਨਾਨੀ ਕਹਿਣ ਲੱਗੀ ਦੁੱਧ ਕਿੱਥੇ ਮੈਨੂੰ ਤੇ ਰੋਟੀ ਖਾਦਿਆ ਹੀ ਤਿੰਨ ਦਿਨ ਹੋ ਗਏ ਨੇ ਬਾਬਾ ਔਰ ਉਹਨੇ ਪੂਬ ਭਰਦਿਆਂ ਬੱਚੇ ਨੂੰ ਆਪਣੀ ਛਾਤੀ ਦੇ ਨਾਲ ਲਾ ਲਿਆ ਸੰਤੂ ਨੇ ਕਾਲੇ ਦੇ ਵਿੱਚੋਂ ਕੁਝ ਦੁੱਧ ਕੱਢਿਆ ਤੇ ਇੱਕ ਡਬਲ ਰੋਟੀ ਵਿੱਚ ਪਾ ਕੇ ਉਹਨੂੰ ਦੇ ਕੇ ਕਿਹਾ ਬਹਿ ਜਾ ਪੁੱਤਰ ਬਹਿ ਕੇ ਛਕ ਲੈ ਮੈਂ ਤੇਰੇ ਮੁੰਡੇ ਨੂੰ ਹੂਟੇ ਹੀ ਦਿਆਂਗਾ ਮੇਰੇ ਵੀ ਮੁੰਡਾ ਹੁੰਦਾ ਸੀ ਮੈਨੂੰ ਪਤਾ ਹੈ ਨਿਆਣੇ ਕਿਵੇਂ ਖਟਾਈ ਦੇ ਨੇ ਮੁੰਡੇ ਨੂੰ ਮੰਜੇ ਤੇ ਪਾ ਕੇ ਸੰਤੂ ਨੂੰ ਪਰਚਾਉਣ ਲਈ ਸੀਟੀ ਵਜਾਉਣ ਲੱਗਾ ਪਰ ਬੁੱਢਾ ਬੰਦਾ ਸੀ ਸੀਟੀ ਠੀਕ ਨਾ ਵੱਜੇ ਫਿਰ ਉਹਨੇ ਆਪਣੀ ਉਂਗਲ ਮੁੰਡੇ ਦੇ ਮੂੰਹ ਨੇੜੇ ਲਾ ਜਾ ਕੇ ਪਿਛਾਹ ਕਰ ਲਈ ਐਦੇ ਨਾਲ ਮੁੰਡੇ ਨੇ ਇੱਕਦਮ ਰੋਣਾ ਬੰਦ ਕਰ ਦਿੱਤਾ ਤੇ ਉਂਗਲੀ ਫੜਨ ਲੱਗਾ ਹਾਲੀ ਹਾਲੀ ਮੁੰਡਾ ਖੁਸ਼ ਹੋ ਗਿਆ ਤੇ ਖਿੜਖਿੜਾ ਕੇ ਹੱਸ ਪਿਆ ਜਨਾਨੀ ਡਬਲ ਰੋਟੀ ਤੇ ਦੁੱਧ ਪੀਂਦੀ ਰਹੀ ਤੇ ਆਪਣਾ ਹਾਲ ਦੱਸਦੀ ਰਹੀ ਮੇਰਾ ਮਰਦ ਸਿਪਾਹੀ ਹੈ 8 ਮਹੀਨੇ ਹੋ ਗਏ ਨੇ ਲਾਮ ਤੇ ਗਿਆ ਮੈਂ ਪਹਿਲਾਂ ਤਾਂ ਇੱਕ ਕਰਜੇ ਨੌਕਰ ਸਾਂ ਪਰ ਜਦੋਂ ਮੇਰਾ ਮੁੰਡਾ ਹੋਇਆ ਉਹਨੇ ਮੈਨੂੰ ਕੱਢ ਦਿੱਤਾ ਹੁਣ ਨੌਕਰੀ ਦੀ ਢੂੰਡ ਚ ਮੁੰਡਾ ਚੁੱਕੀ ਫਿਰਦੀ ਹਾਂ ਪਤਾ ਲੱਗਾ ਸੀ ਅਗਲੇ ਪਿੰਡੇ ਕੋ ਨੌਕਰਾਨੀ ਦੀ ਜ਼ਰੂਰਤ ਹੈ ਉੱਥੇ ਚੱਲੀ ਸਾਂ ਸੰਤੂ ਪੁੱਛਣ ਲੱਗਾ ਤੇਰੇ ਪਾਸ ਮੁੰਡੇ ਲਈ ਕੋਈ ਗਰਮ ਕੱਪੜਾ ਨਹੀਂ ਗਰਮ ਕੱਪੜੇ ਕਿੱਥੇ ਮੈਂ ਤਾਂ ਆਪਣੀ ਅਖੀਰੀ ਚਾਦਰ ਕੁਲ 1 ਰੁਪਏ ਨੂੰ ਬਾਣੀ ਆਪਾਸ ਬੰਦ ਰੱਖ ਦਿੱਤੀ ਹੈ ਜਨਾਨੀ ਨੇ ਦੁੱਧ ਮੁਕਾ ਕੇ ਮੁੰਡੇ ਨੂੰ ਚੁੱਕਿਆ ਤੇ ਤੁਰਨ ਲੱਗੀ ਸੰਤੂ ਨੇ ਟੋਲ ਕੇ ਆਪਣਾ ਪੁਰਾਣਾ ਕੋਟ ਕੱਢ ਲਿਆ ਤੇ ਆਖਿਆ ਲੈ ਇਹ ਲੈ ਲੈ ਤੇ ਮੁੰਡੇ ਨੂੰ ਕੱਜਲ ਹੈ ਜਨਾਨੀ ਨੇ ਪਹਿਲਾਂ ਕੋਟ ਵੇਖਿਆ ਫਿਰ ਬੁੱਢੇ ਸੰਤੂ ਵੱਲ ਦੇਖਿਆ ਤੇ ਉਹਦੀਆਂ ਅੱਖਾਂ 'ਚ ਹੰਝੂ ਭਰ ਆਏ ਆਖਣ ਲੱਗੀ ਬਾਬਾ ਜੀ ਮੈਨੂੰ ਤਾਂ ਕਿਤੇ ਆਪ ਨਿਰਹੰਕਾਰ ਨੇ ਤਾਂ ਸਾਡੇ ਘਰ ਨੇੜੇ ਭੇਜਿਆ ਮੈਂ ਤੇ ਮੇਰਾ ਮੁੰਡਾ ਤਾਂ ਪਾਲੇ ਨਾਲ ਹੀ ਮਰ ਜਾਂਦੇ ਤੇ ਸਾਨੂੰ ਰੱਬ ਨੇ ਬਾਹਰੀ ਵਿੱਚੋਂ ਵੇਖਣ ਲਈ ਆਖਿਆ ਤੇ ਮੈਂ ਗਰੀਬਣੀ ਬਚ ਗਈ ਸੰਤੂ ਨੇ ਮੁਸਕਰਾ ਕੇ ਆਖਿਆ ਹਾਂ ਠੀਕ ਹੈ ਮੈਨੂੰ ਰੱਬ ਨੇ ਹੀ ਬਾਹਰੀ ਚੋਂ ਬਾਹਰ ਵੇਖਣ ਲਈ ਆਖਿਆ ਸੀ ਫਿਰ ਉਹਨੇ ਰਾਤ ਦਾ ਸੁਪਨਾ ਬਾਹਰੀ ਚੋਂ ਬਾਹਰ ਚਾਕਣ ਦਾ ਕਾਰਨ ਤੇ ਹੋਰ ਸਭ ਗੱਲਾਂ ਦਸੀਆਂ ਜਨਾਨੀ ਆਖਣ ਲੱਗੀ ਕੀ ਪਤਾ ਸੱਚੀ ਗੱਲ ਹੋਵੇ ਰੱਬ ਸਭ ਕੁਝ ਕਰ ਸਕਦਾ ਉਹਨੇ ਅੱਧਾ ਕੋਟ ਆਪਣੇ ਤੇ ਲਿਆ ਤੇ ਅੱਧਾ ਮੁੰਡੇ ਉੱਪਰ ਦਿੱਤਾ ਤੇ ਉਹ ਜਨਾਨੀ ਵਾਹ ਜੀ ਵਾਹ ਜੀ ਰੱਬ ਜੀ ਰੱਬ ਜੀ ਕਰਦੀ ਉਥੋਂ ਤੁਰ ਪਈ ਸੰਤੂ ਨੇ ਉਹਨੂੰ ਚਾਦਰ ਛੁੜਾਣ ਲਈ 1 ਰੁਪਿਆ ਵੀ ਦਿੱਤਾ ਜਨਾਨੀ ਦੇ ਜਾਣ ਪਿੱਛੋਂ ਸੰਤਾ ਫੇਰ ਆਪਣੇ ਕੰਮ ਲੱਗ ਗਿਆ ਪਰ ਇੱਕ ਅਖਬਾਰੀ ਵਾਲੇ ਇੱਕ ਕੰਮ ਵੱਲ ਕਈ ਲੋਕ ਲੰਘ ਗਏ ਪਰ ਉਹਨੂੰ ਕੋਈ ਇਹੋ ਜਿਹਾ ਨਾ ਲੱਗਾ ਜਿਹਨੂੰ ਰੱਬ ਸਮਝ ਸਕੇ ਥੋੜੇ ਚਿਰ ਪਿਛੋਂ ਸੇਬ ਵੇਚਣ ਵਾਲੀ ਇੱਕ ਜਨਾਨੀ ਬਾਰੀ ਪਾਸ ਆ ਖਲੋਤੀ। ਉਹਦੇ ਪਾਸ ਟੋਕਰੀ ਤਾਂ ਵੱਡੀ ਸੀ ਪਰ ਸੇਬ ਥੋੜੇ ਸੀ। ਪਿੱਛੇ ਉਹਨੇ ਕੁਝ ਬਾਲਣ ਬੰਨਿਆ ਹੋਇਆ ਸੀ। ਬਾਰੀ ਦੇ ਪਾਸ ਖਲੋ ਕੇ ਉਹਨੇ ਟੋਕਰੀ ਰੱਖ ਦਿੱਤੀ ਤੇ ਪਿੱਠਵਲ ਬਾਲਣ ਵਾਲੀਆਂ ਲੱਕੜਾਂ ਜੇ ਚੁਬਦੀਆਂ ਸੀ ਉਹਨਾਂ ਨੂੰ ਠੀਕ ਕਰਨ ਲੱਗੀ। ਉਹਨੂੰ ਇੱਧਰ ਰੁਝਿਆ ਵੇਖ ਕੇ ਪਾਟੀ ਹੋਈ ਟੋਪੀ ਵਾਲਾ ਇੱਕ ਮੁੰਡਾ ਛੇਤੀ ਆਇਆ ਤੇ ਇੱਕ ਸਿਓ ਹੱਥ 'ਚ ਫੜ ਕੇ ਖਿਸਕਣ ਲੱਗਾ। ਪਰ ਸੇਿਆਂ ਵਾਲੀ ਮਾਈ ਨੇ ਉਹਨੂੰ ਕੁੜਤੇ ਤੋਂ ਫੜ ਲਿਆ। ਮੁੰਡੇ ਨੇ ਛਡਾਉਣ ਦਾ ਯਤਨ ਕੀਤਾ ਪਰ ਮਾਈ ਨੇ ਦੋਹਾਂ ਹੱਥਾਂ ਨਾਲ ਫੜ ਕੇ ਉਹਦੀ ਫੱਟੀ ਹੋਈ ਟੋਪੀ ਲਾ ਕੇ ਉਹ ਮਾਰੀ ਤੇ ਉਹਨੂੰ ਜੁੰਡਿਆਂ ਤੋਂ ਫੜ ਲਿਆ। ਮੁੰਡਾ ਚੀਕਾ ਮਾਰੇ ਤੇ ਮਾਈ ਪਈ ਘੁਰ ਕੇ ਸੰਤੂ ਨੇ ਆਰ ਸੁਆ ਛੱਟਪਟ ਸੁੱਟ ਕੇ ਬੂਹਾ ਖੋਲਿਆ। ਮਾਈ ਉਸ ਮੁੰਡੇ ਨੂੰ ਵਾਲਾਂ ਤੋਂ ਫੜ ਕੇ ਕੜੀਸ ਦੀ ਪਈ ਸੀ ਤੇ ਆਂਦੀ ਸੀ ਥਾਣੇ ਲੈ ਜਾਂਗੀ। ਮੁੰਡਾ ਚੀਕਦਾ ਸੀ ਕਿ ਮੈਂ ਸਿਓ ਚੱਕਿਆ ਨਹੀਂ ਮੈਨੂੰ ਮਾਰਨੀ ਕਿਉਂ ਹੈ ਛੱਡ ਵੀ ਸੰਤੂ ਨੇ ਇਹਨਾਂ ਨੂੰ ਛਡਾਇਆ ਤੇ ਮੁੰਡੇ ਨੂੰ ਹੱਥ ਫੜ ਕੇ ਆਖਣ ਲੱਗਾ ਮਾਈਏ ਨੂੰ ਜਾਣ ਦੇ ਤੇ ਰੱਬ ਦੇ ਨਾਂ ਤੇ ਮਾਫ਼ ਕਰ ਦੇ ਨਾ ਪਰ ਮਾਈ ਆਖੇ ਇਹਦੀ ਸ਼ੈਤਾਨ ਦੀ ਉਹ ਗੱਤ ਬਣਾਵਾਂਗੀ ساری ਉਮਰ ਯਾਦ ਰੱਖੇਗਾ ਥਾਣੇ ਲੈ ਕੇ ਜਾਊ ਇਹਨੂੰ ਸੰਤੂ ਨੇ ਮਾਈ ਦੇ ਤਰਲੇ ਘੰਡੇ ਅਮਾ ਜਾਣ ਦੇ ਸੁ ਫੇਰ ਨਾ ਕਰੇਗਾ ਰੱਬ ਵਾਸਤੇ ਜਾਣ ਦੇ ਸੁ ਮੁੰਡਾ ਨਾ ਠਣਾ ਚਾਹੁੰਦਾ ਸੀ ਪਰ ਸੰਤੂ ਨੇ ਉਹਨੂੰ ਠਹਿਰਾ ਲਿਆ ਤੇ ਆਖਣ ਲੱਗਾ ਬੁੱਢੀ ਮਾਈ ਤੋਂ ਮਾਫ਼ੀ ਮੰਗ ਕਿ ਮੁੜਕੇ ਨਹੀਂ ਐਦਾਂ ਕਰੇਗਾ ਮੈਂ ਤੈਨੂੰ ਆਪ ਵੇਖਿਆ ਸੀ ਸਿਓ ਚੱਕਦੇ ਨੂੰ ਮੁੰਡੇ ਨੇ ਰੋ ਕੇ ਮਾਫੀ ਮੰਗੀ ਹੁਣ ਠੀਕ ਐ ਲੈ ਇਹ ਸਿਓ ਤੈਨੂੰ ਇਨਾਮ ਐ ਇਹ ਆ ਕਿ ਮੁੰਡੇ ਨੂੰ ਇੱਕ ਸਿਓ ਨੇ ਫੜਾਇਆ ਤੇ ਮਾਈ ਨੂੰ ਮੁੱਲ ਕੋਲੋਂ ਦੇ ਦਿੱਤਾ ਮਾਈ ਬੋਲੀ ਐਸੇ ਕਰਕੇ ਤੇ ਮੁੰਡੇ ਵਿਗੜਦੇ ਨੇ ਇਹਨੂੰ ਤੇ ਬੈਂਤ ਵੱਜਣੇ ਚਾਹੀਦੇ ਨੇ ਸੰਤੂ ਬੋਲਿਆ ਮਾਈ ਤੈਨੂੰ ਕੀ ਪਤਾ ਇਹ ਤੇ ਬੰਦਿਆਂ ਦਾ ਨਿਆਂ ਐ ਰੱਬ ਦਾ ਇਹ ਦਸਤੂਰ ਨਹੀਂ ਜੇ ਕੋ ਸੋਚ ਰੋਣ ਲਈ ਬੈਠ ਵੱਜਣ ਤਾਂ ਸਾਡੇ ਅਪਰਾਧਾਂ ਦੀ ਕਿੱਡੀ ਕੜੀ ਸਜ਼ਾ ਚਾਹੀਦੀ ਆ ਸੋਚ ਤੇ ਹਾਂ ਇਹ ਤੇ ਠੀਕ ਐ ਪਰ ਮੁੰਡੇ ਬਹੁਤ ਵਿਗੜ ਜਾਂਦੇ ਨੇ ਮਾਈ ਨੇ ਆਖਿਆ ਸੰਤੂ ਨੇ ਆਖਿਆ ਸੀ ਉਹਨਾਂ ਨੂੰ ਸਿਖਾਇਆ ਹੀ ਕੀ ਐ ਬੁੱਢੀ ਮਾਈ ਨੂੰ ਆਪਣੇ ਦੋਤਰੀਆਂ ਦਾ ਖਿਆਲ ਆ ਗਿਆ ਤੇ ਉਹਨਾਂ ਦੀਆਂ ਗੱਲਾਂ ਕਰਕੇ ਉਹ ਤੁਰਨ ਲੱਗੀ ਟੋਕਰੀ ਸਿਰ ਤੇ ਰੱਖੀ ਤੇ ਇਸ ਮੁੰਡੇ ਨੇ ਅੱਗੇ ਵਧ ਕੇ ਆਖਿਆ ਮਾਈ ਟੋਕਰੀ ਮੈਨੂੰ ਚਾ ਦੇ ਮੈਂ ਇਸੇ ਪਾਸੇ ਜਾਣਾ ਤੇ ਚੁੱਕੀ ਜਾਵਾਂਗਾ ਇਸ ਪ੍ਰਕਾਰ ਮਾਈ ਦੀ ਟੋਕਰੀ ਚੁੱਕ ਕੇ ਮੁੰਡਾ ਤੇ ਮਾਈ ਆਪਸ ਵਿੱਚ ਪਿਆਰ ਦੀਆਂ ਗੱਲਾਂ ਕਰਦੇ ਤੁਰਦੇ ਗਏ ਸੰਤੂ ਉਹਨਾਂ ਨੂੰ ਤੱਕਦਾ ਖੜਾ ਰਿਹਾ ਸੰਤੂ ਮੁੜ ਕੰਮ ਤੇ ਆ ਗਿਆ ਪਰ ਹੁਣ ਸ਼ਾਮ ਹੋ ਚੱਲੀ ਸੀ ਤੇ ਹਨੇਰਾ ਪੈ ਗਿਆ ਜੁੱਤੀ ਦਾ ਇੱਕ ਪੋਲਾ ਰਹਿੰਦਾ ਸੀ। ਉਹਨੇ ਕੰਮ ਸੰਭਿਆ, ਹਥਿਆਰ ਹਥਿਊਰ ਆਪਣੇ ਟਿਕਾਣੇ ਰੱਖੇ, ਦੀਵਾ ਬਾਲਿਆ ਤੇ ਉਬਲੇ ਹੋਏ ਚਾਵਲ ਛੱਕ ਕੇ ਸੁਖਮਨੀ ਸਾਹਿਬ ਦਾ ਪਾਠ ਕਰਨ ਬੈਠ ਗਿਆ। ਪਰ ਉਸ ਵੇਲੇ ਐਸ ਤਰ੍ਹਾਂ ਦਾ ਖੜਾਕ ਹੋਇਆ ਜਿਵੇਂ ਕੋਈ ਉਹਦੇ ਪਿੱਛੇ ਚੱਲਦਾ ਹੋਵੇ। ਉਹਨੇ ਨੀਝ ਲਾ ਕੇ ਵੇਖਿਆ ਤੇ ਸ਼ੱਕ ਪਿਆ ਕੋਠੇ ਦੀ ਹਨੇਰੀ ਗੁੱਠ ਚ ਆਦਮੀ ਫਿਰਦੇ ਨੇ। ਆਵਾਜ਼ ਆਈ। ਸੰਤੂ ਮੈਨੂੰ ਪਛਾਣਿਆਈ। ਕੌਣ ਆ ਮੈਨੂੰ ਤੇ ਹਨੇਰੇ 'ਚ ਕੁਝ ਨਹੀਂ ਦਿਸਦਾ ਐਨੇ ਨੂੰ ਹਨੇਰੇ 'ਚੋਂ ਬਿਸ਼ਨਾ ਨਿਕਲਿਆ ਤੇ ਮੁਸਕੁਰਾਂਦਾ ਹੋਇਆ ਹਨੇਰੇ 'ਚ ਲੀਨ ਹੋ ਗਿਆ ਆਵਾਜ਼ ਆਈ ਹੇ ਮੈਂ ਆ ਫਿਰ ਹਨੇਰੇ 'ਚੋਂ ਬੱਚੇ ਵਾਲੀ ਮਾਈ ਨਿਕਲੀ ਮਾਈ ਮੁਸਕੁਰਾਈ ਬੱਚਾ ਖਿੜ ਖੁੜਾ ਕੇ ਹੱਸਿਆ ਤੇ ਉਹ ਵੀ ਅਲੋਪ ਹੋ ਗਏ ਆਵਾਜ਼ ਆਈ ਹੇ ਮੈਂ ਆ ਬੁੱਢੀ ਮਾਈ ਅਰਸਿਓ ਵਾਲਾ ਮੁੰਡਾ ਹਨੇਰੇ ਚੋਂ ਨਿੱਕਲੇ ਦੋਵੇਂ ਮੁਸਕੁਰਾਏ ਤੇ ਲੋਪ ਹੋ ਗਏ ਆਵਾਜ਼ ਆਈ ਹੈ ਮੈਂ ਆ ਸੰਤੂ ਦਾ ਮੁਖੜਾ ਖੜ ਗਿਆ ਉਹਦੇ ਦਿਲ ਦੇ ਵਿੱਚ ਖੁਸ਼ੀ ਭਰ ਗਈ ਉਹਨੂੰ ਯਾਦ ਆ ਗਿਆ ਅਵਲ ਅਲ੍ਹਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਕੌਣ ਭਲੇ ਕੋ ਮੰਦੇ ਹੁਣ ਜਦ ਕੋਈ ਸੰਤੂ ਨੂੰ ਪੁੱਛੇ ਰੱਬ ਕਿੱਥੇ ਵਸਦਾ ਤਉ ਪ੍ਰੇਮ ਪਰਿਵਾਸ ਬੋਲਦਾ ਕਹੋ ਕਬੀਰ ਮੇਰੀ ਸ਼ੰਕਾ ਨਾਸੀ ਸਰਬ ਨਿਰੰਜਨ ਡੀਠਾ ਕਹੋ ਕਬੀਰ ਮੇਰੀ ਸ਼ੰਕਾ ਨਾਸੀ ਸਰਬ ਨਿਰੰਜਨ ਡੀਠਾ